ਸੋ ਕਿੱਦਾਂ ਜੀ, ਕਿਆ ਹਾਲ ਚਾਲ ਸਾਰਿਆਂ ਦਾ? ਅਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ 12th ਤੋਂ ਬਾਅਦ ਕੈਨੇਡਾ ਆਉਣਾ ਚਾਹੀਦਾ ਜਾਂ ਗ੍ਰੈਜੂਏਸ਼ਨ ਬਾਅਦ ਕੈਨੇਡਾ ਆਉਣਾ ਚਾਹੀਦਾ, ਕਿਉਂਕਿ ਦੋਨਾਂ ਚੀਜ਼ਾਂ ਦੇ ਆਪਣੇ ਆਪਣੇ ਬੈਨੀਫਿਟ ਆ, ਦੋਨਾਂ ਚੀਜ਼ਾਂ ਦੇ ਆਪਣੇ ਆਪਣੇ ਕੁਛ ਇੱਦਾਂ ਚੀਜ਼ਾਂ ਹੈਗੀਆਂ ਜਿੰਨਾ ਮੈਂ ਤੁਹਾਨੂੰ ਦੱਸਣਾ, ਕਿਉਂਕਿ ਮੈਂ ਵੀ 12th ਤੋਂ ਬਾਅਦ ਆਇਆ। ਸੋ ਮੈਨੂੰ ਲੱਗਾ ਕਿ ਯਾਰ ਇਹ ਵੀ ਵੀਡੀਓ ਬਣਨੀ ਚਾਹੀਦੀ ਹੈ, ਕਿ ਮੈਂ ਸੋਚ ਰਿਹਾ ਸੀ ਕਿ ਹਾਂ ਇਸ ਚੀਜ਼ ਦੇ ਟੋਪਿਕ 'ਤੇ ਹੋਣੀ ਚਾਹੀਦੀ ਆ, ਕਿ 12th ਬਾਅਦ ਆਉਣ ਦੇ ਤੁਹਾਨੂੰ ਕੀ ਬੈਨੀਫਿਟ ਆ, ਜੇ ਤੁਸੀਂ ਆਉਂਦੇ ਆ ਗ੍ਰੈਜੂਏਸ਼ਨ ਬਾਅਦ ਤਾਂ ਉਹਦੇ ਕੀ ਬੈਨੀਫਿਟ ਆ। ਸੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਇਸ ਵੀਡੀਓ ਨੂੰ ਕਰ ਦਈਏ ਸ਼ੁਰੂ। ਸੋ ਦੇਖੋ ਬਈ, ਸਭ ਤੋਂ ਪਹਿਲਾਂ ਸਿੰਪਲ ਜਿਹਾ ਲੋਜਿਕ ਆ, ਤੁਸੀਂ 12th ਬਾਅਦ ਆਉਂਦੇ ਆ। ਮੈਂ ਇੰਡੀਆ ਸੀਗਾ, ਮੈਨੂੰ ਵੀ ਇਹ ਗੱਲ ਕਹੀ, ਤੁਹਾਨੂੰ ਵੀ ਸਾਰਿਆਂ ਨੂੰ ਇਹ ਗੱਲ ਸੁਣੀ ਹੋਣੀ ਆ ਕਿ ਬਾਈ ਤੁਸੀਂ 12th ਬਾਅਦ ਆ ਗਏ ਤਾਂ ਸਹੀ ਆ, ਜਾਂ ਲੇਟ ਹੋ ਗਏ ਤਾਂ ਫਿਰ ਤੁਹਾਨੂੰ ਔਖਾ ਆ, ਕਿ ਮਤਲਬ ਤੁਹਾਨੂੰ ਬੈਣ ਦੀ ਰਿਕੁਆਇਰਮੈਂਟ ਵੱਧ ਜਾਣੀ ਆ, 3 ਸਾਲ ਬਾਅਦ ਕੋਈ ਰੂਲ ਨਾ ਚੇਂਜ ਹੋ ਜਾਵੇ। ਸਭ ਤੋਂ ਬੜੀ ਗੱਲ ਆ ਕਿ ਕੈਨੇਡਾ ਜੇ ਬੰਦ ਹੋ ਗਿਆ ਆਉਣਾ ਤਾਂ ਫਿਰ ਤੁਸੀਂ ਕੀ ਕਰੋਗੇ। ਇਹ ਚੀਜ਼ ਮੈਂ ਵੀ ਸੁਣੀ ਸੀ, ਤੁਸੀਂ ਸੁਣੀ ਸੀ ਸਾਰਿਆਂ ਨੇ। ਬਟ ਜਦੋਂ ਮੈਂ ਇੱਥੇ ਆਇਆ, ਮੈਂ ਦੇਖਿਆ ਕਿ ਯਾਰ 12th ਬਾਅਦ ਗ੍ਰੈਜੂਏਸ਼ਨ 12th ਬਾਅਦ ਆਉਂਦੇ ਆ ਤੁਸੀਂ, ਤੁਸੀਂ ਕਾਲਜ ਦੀ 2 ਸਾਲ ਫੀਸ ਪੇ ਕਰਦੇ ਆ ਤੁਹਾਨੂੰ ਬਈ। ਮੈਂ ਹੁਣ ਡਿਪਲੋਮਾ ਕਰਦੇ ਹਾਂ, 2 ਸਾਲ ਮੇਰੇ ਡਿਪਲੋਮੇ 'ਚ ਲੱਗ ਜਾਣੇ, 2 ਸਾਲ ਮੇਰੀ 3 ਕੁ ਮਹੀਨੇ 6 ਤੋਂ 7 ਸਮੈਸਟਰ ਲੱਗਣੇ ਆ ਡਿਪਲੋਮੇ 'ਤੇ। ਜੇ ਤੁਸੀਂ ਬਰੈਂਪਟਨ ਨਾਲ ਜਾਂਦੇ ਆ, ਉੱਧਰ 4 ਸਮੈਸਟਰ ਦੀ ਪੜ੍ਹਾਈ ਹੁੰਦੀ, ਬੈਕ ਟੂ ਬੈਕ 4 ਸਮੈਸਟਰ ਹੁੰਦੇ 4 ਮਹੀਨਿਆਂ ਦੇ, ਦੈਟਸ ਇਟ। ਅਤੇ ਤੁਸੀਂ 2 ਸਾਲ ਦੀ ਪੜ੍ਹਾਈ ਕਰੂੰਗੇ, ਤੁਹਾਨੂੂੰ ਮਜੋਰਿਟੀ ਆਫ ਸਟੂਡੈਂਟ ਜਿਹੜੇ ਹੈਗੇ ਉਹਨਾਂ ਨੂੰ ਕਿਸੇ ਨੇ ਜੋਬ ਤਾਂ ਦੇਣੀ ਨਹੀਂ, ਜੋ ਕਿ ਇਹ ਰਿਐਲਿਟੀ ਆ। ਮਤਲਬ ਤੁਸੀਂ ਕਿਸੇ ਵੀ ਸਟੂਡੈਂਟ ਨੂੰ ਦੇਖ ਲਿਓ, ਬਹੁਤ ਘੱਟ ਹੈਗੇ ਜਿਹਨੂੰ, ਮਤਲਬ ਰੇਅਰ ਸਟੂਡੈਂਟ ਹੁੰਦਾ ਜਿਹਨੂੰ ਜੋਬ ਮਿਲ ਜਾਵੇ। ਆਫਟਰਆਲ ਜੇ ਤੁਸੀਂ ਬਰੈਂਪਟਨ 'ਚ ਰਹਿੰਦੇ ਆ, ਤੁਹਾਨੂੰ ਪੁਆਇੰਟ ਵੀ ਜ਼ਿਆਦਾ ਚਾਹੀਦੇ ਆ ਉਹਦੇ ਲਈ। ਮੰਨ ਲਓ ਤੁਸੀਂ 12th ਬਾਅਦ 18 ਸਾਲ ਦੇ ਆ, ਤੁਸੀਂ 18 ਸਾਢੇ 18 ਸਾਲ ਦੇ ਕੈਨੇਡਾ ਵਿੱਚ ਆ ਗਏ, ਤੁਹਾਡੀ ਏਜ ਹੋ ਗਈ ਇੱਥੇ 20 ਸਾਲ ਜਾਂ 21 ਸਾਲ, ਫਿਰ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲਿਆ, ਤੁਸੀਂ ਵਰਕ ਪਰਮਿਟ ਕੀਤੇ, ਮਤਲਬ ਟਾਈਮ ਸਪੈਂਡ ਕੀਤਾ, ਅਤੇ ਤੁਹਾਨੂੰ ਉੱਧਰ ਬਰੈਂਪਟਨ ਨਾਲ PR ਔਖੀ ਮਿਲਣੀ ਉੱਧਰ ਆਪਣੇ ਟੋਰਾਂਟੋ ਵੱਲ, ਕਿਉਂਕਿ ਉੱਧਰ ਦੇ ਸ਼ਹਿਰਾਂ ਦੇ ਵਿੱਚ ਮੈਂ ਮੰਨਦਾ ਕਿ ਪ੍ਰੋਫਾਈਲ PR ਜਿਹੜੀ ਹੈਗੀ ਪ੍ਰੋਫਾਈਲ 'ਤੇ ਡਿਪੈਂਡ ਕਰਦੀ ਸਾਰੀ, ਤੁਹਾਡੀ ਪ੍ਰੋਫਾਈਲ ਕਿਹੜੀ, ਤੁਹਾਡੀ ਸਟੱਡੀ ਕਿਹੜੀ ਆ, ਅਤੇ ਤੁਹਾਡਾ ਐਕਸਪੀਰੀਅੰਸ ਕਿਹੜਾ ਵਾ, ਤੁਸੀਂ ਕਿਹੜੀ ਕੰਪਨੀ ਜੋਬ ਕਰਦੇ ਆ, ਮਤਲਬ ਇਹ ਸਾਰੀ ਚੀਜ਼ਾਂ ਡਿਪੈਂਡ ਕਰਦੀ ਆ। ਹੁਣ ਮੰਨ ਲਓ ਤੁਸੀਂ ਆਉਂਦੇ ਆ ਇੱਧਰ ਵੈਨਕੂਵਰ ਵਾਲੇ, ਇੱਧਰ PR ਮਿਲ ਜਾਂਦੀ ਹੈ ਸਟੂਡੈਂਟ ਨੂੰ ਜਿਹੜਾ 12th ਬਾਅਦ ਆਉਂਦਾ। ਬਟ ਇੱਧਰ ਇਹ ਆ ਕਿ ਤੁਸੀਂ ਸਾਲ ਵਰ ਤੱਕ ਕਿਤੇ ਰੈਸਟੋਰੈਂਟ ਕੰਮ ਕੀਤਾ, ਉੱਥੇ ਐਕਸਪੀਰੀਅੰਸ ਲਿਆ, ਐਕਸਪੀਰੀਅੰਸ ਲੈਣ ਤੋਂ ਬਾਅਦ ਤੁਹਾਨੂੰ PR ਦੀ ਤੁਸੀਂ ਅਪਲਾਈ ਕਰ ਸਕਦੇ ਹੋ, ਇੱਦਾਂ ਸਿਸਟਮ ਹੁੰਦਾ ਵਾ। ਉਹਦੇ ਲਈ ਮੈਂ ਡਿਫਰੈਂਟ ਵੀਡੀਓ ਬਣਾਊਂਗਾ। ਅਤੇ ਇਹ ਯਾਰ ਇਹ ਗੱਲ ਹੈਗੀ ਆ, ਗ੍ਰੈਜੂਏਸ਼ਨ ਬਾਅਦ ਆਉਣ ਦਾ ਤੁਹਾਨੂੰ ਇਹ ਫਾਇਦਾ, ਬੰਦੇ ਜਿਹੜਾ ਥੋੜ੍ਹੀ ਬਹੁਤੀ ਮੈਚਿਓਰਿਟੀ ਹੁੰਦੀ ਆ। ਮੈਂ ਮੰਨਦਾ ਇਹ ਚੀਜ਼ ਬਾਈ, ਜਿਹਨੇ ਆਉਣਾ 12th ਬਾਅਦ ਆਊ, ਮੈਂ ਕਿਹੜਾ ਕਿਸੇ ਨੂੰ ਰੋਕ ਰਿਹਾ। ਬਟ ਮੈਨੂੰ ਲੱਗਦਾ ਕਿ ਬੰਦਾ ਜਦੋਂ ਆਉਂਦਾ ਨਾ ਗ੍ਰੈਜੂਏਸ਼ਨ ਤੋਂ ਬਾਅਦ, ਉਹਨੂੰ ਪਤਾ ਵਾ ਕਿ ਮੇਰੀ 21 ਸਾਲ ਹੋ ਗਈ, 22 ਸਾਲ ਉਮਰ ਹੋ ਗਈ, ਹੁਣ ਤਾਂ ਬਾਈ ਮੈਂ ਕਮਾਉਣਾ ਹੈਗਾ ਹੀ ਆ, ਭਾਵੇਂ ਮੈਂ ਇੰਡੀਆ 'ਚ ਰਹਿਣਾ, ਭਾਵੇਂ ਕੈਨੇਡਾ 'ਚ ਰਹਾਂ, ਹੁਣ ਇੰਨੀ ਦੇਰ ਘਰ ਤਾਂ ਮੈਂ ਬਹਿਣਾ ਨਹੀਂ। ਸੋ ਉਹਦੇ ਮੈਚਿਓਰਿਟੀ ਹੁੰਦੇ ਨੂੰ ਪਤਾ ਮੇਰਾ ਟਾਈਮ ਕਮਾਉਣ ਦਾ। ਮੈਂ ਹੁਣ 18 ਸਾਲ ਦੀ ਏਜ ਵਿੱਚ ਆਇਆ, 19 ਸਾਲ ਦੀ ਏਜ, ਮੇਰੇ ਮਨ 'ਚ ਇੱਕ ਲਿਟਲ ਬਿਟ ਗੱਲ ਰਹਿੰਦੀ ਆ ਕਿ ਮਤਲਬ ਇੱਦਾਂ ਦੀ ਗੱਲ ਨਹੀਂ ਕਿ ਮੈਂ ਕੰਮ ਨਹੀਂ ਕਰਦਾ, ਨਹੀਂ ਗੱਲ, ਸਾਰਾ ਕੁਛ ਕਰ ਰਹੇ। ਬਟ ਮਨ ਵਿੱਚ ਇੱਕ ਗੱਲ ਰਹਿੰਦੀ ਆ ਕਿ ਅਗਰ ਮੈਂ 12th ਦਾ, ਮਤਲਬ ਕਿ ਕਦੀ ਕੋਈ ਗੱਲ ਹੋ ਜਾਵੇ ਮੇਰੇ ਨਾਲ ਕੋਈ ਫੀਸ, ਮੈਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਸਿਆਣਾ ਸਮਝ ਲਵਾਂ, ਬਟ ਨਹੀਂ, ਗੱਲ ਨਹੀਂ ਬਣਦੀ ਉਹ ਵਾਲੀ। ਅਤੇ ਬਾਕੀ ਇੱਦਾਂ ਯਾਰ, ਜੇ ਤੁਸੀਂ ਗ੍ਰੈਜੂਏਸ਼ਨ ਬਾਅਦ ਆਉਂਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਤੁਹਾਡੀ PR ਵੀ ਲੇਟ ਆਊਗੀ। ਹੁਣ ਦੇਖੋ ਤੁਸੀਂ 20-21 ਸਾਲ ਤੱਕ ਗ੍ਰੈਜੂਏਸ਼ਨ ਕੀਤੀ ਆਪਣੀ, 21 ਸਾਲ ਤੋਂ 6 ਮਹੀਨੇ 1 ਸਾਲ ਤਾਂ ਤੁਹਾਡੇ ਆਇਲਸ 'ਤੇ ਲੱਗ ਜਾਂਦੇ, ਕਿਉਂਕਿ ਮੈਂ ਵੀ, ਮੈਨੂੰ ਪਤਾ ਆ ਪਹਿਲਾਂ 2-3 ਮਹੀਨੇ ਪੜ੍ਹੂੰਗੇ, ਫਿਰ ਬਾਅਦ 40 ਐਗਜ਼ਾਮ ਦਊਗੇ, ਫਿਰ ਤੁਹਾਨੂੰ ਅਪਲਾਈ ਕਰੂੰਗੇ, ਸਾਲ ਤੁਹਾਡਾ ਇੰਡੀਆ 'ਚ ਹੋ ਗਿਆ। ਮਤਲਬ 22 ਸਾਲ ਦੀ ਉਮਰ ਤੁਸੀਂ ਇੱਥੇ ਆਏ, 22 ਸਾਲ ਤੋਂ ਸਾਲ ਦਾ ਕੋਰਸ ਆ, ਤਾਂ ਫਿਰ ਤਾਂ ਠੀਕ ਗੱਲ ਵੱਖਰੀ ਆ। ਬਟ ਜੇ ਤੁਸੀਂ 2 ਸਾਲ ਦਾ ਕੋਰਸ ਲੈ ਕੇ ਆਉਂਦੇ ਗ੍ਰੈਜੂਏਸ਼ਨ ਤੋਂ ਬਾਅਦ, ਜੋ ਕਿ ਨੋਰਮਲੀ ਲੈਂਦੇ ਆ ਸਟੂਡੈਂਟ, ਅਤੇ ਤੁਹਾਡੀ ਏਜ ਹੋ ਗਈ 23 ਸਾਲ, 23 ਸਾਲ ਤੁਹਾਨੂੰ ਵਰਕ ਪਰਮਿਟ ਆਊਗਾ, ਫਿਰ ਤੁਹਾਨੂੰ ਗ੍ਰੈਜੂਏਸ਼ਨ, ਮਤਲਬ ਟੋਟਲ ਆਪਣੀ PR ਮਿਲਦੇ ਹੋ ਜਾਣੀ ਤੁਹਾਡੀ 25-26 ਸਾਲ ਏਜ। ਸੋ ਇਹਦੇ 'ਚ ਕੋਈ ਸ਼ੱਕ ਨਹੀਂ, ਜਦੋਂ ਤੁਸੀਂ ਗ੍ਰੈਜੂਏਸ਼ਨ ਬਾਅਦ ਆਉਂਗੇ ਤੁਹਾਨੂੰ ਤੁਹਾਡੀ PR ਵੀ ਲੇਟ ਹੋਊਗੀ। ਮਤਲਬ ਬਾਕੀ ਇਹ ਡਿਪੈਂਡ ਕਰਦਾ ਡਿਫਰੈਂਟ ਫੈਕਟਰਸ 'ਤੇ। ਮੰਨ ਲਓ ਤੁਸੀਂ ਇੱਥੇ ਆ ਕੇ ਤੁਹਾਨੂੰ ਵਧੀਆ ਜੋਬ ਮਿਲ ਜਾਂਦੀ, ਨਾਲੇ ਤੁਹਾਡੀ ਸਟੱਡੀ ਦਾ ਕੋਈ ਸਿਸਟਮ ਨਹੀਂ, ਕਿਉਂਕਿ ਅੱਧੇ ਲੋਕ ਸਿੱਧੇ PR ਡਾਇਰੈਕਟਲੀ PR ਆਉਂਦੇ, ਅੱਧੇ ਲੋਕ ਸਟੂਡੈਂਟ ਆਉਂਦੇ। ਬਟ ਇੱਥੇ ਮੈਂ ਗੱਲ ਕਰਦੇ ਹਾਂ ਸਟੂਡੈਂਟ ਦੀ, ਕਿਉਂਕਿ ਮੈਂ ਵੀ ਸਟੂਡੈਂਟ ਹਾਂ, ਤਾਂ ਮੈਂ ਕਿਹਾ ਯਾਰ ਇਹ ਵੀ ਚੀਜ਼ ਤਾਂ ਹੋਣੀ ਚਾਹੀਦੀ ਵੀਡੀਓ, ਕਿ ਇਹ ਯਾਰ ਫਰਕ ਆ। ਤੁਸੀਂ ਗ੍ਰੈਜੂਏਸ਼ਨ ਬਾਅਦ ਆਉਂਦੇ, ਤੁਹਾਨੂੰ PR ਥੋੜ੍ਹੀ ਲੇਟ ਮਿਲ ਜੂਗੀ, ਬਟ 12th ਬਾਅਦ ਆਉਂਦੇ ਯਾਰ ਬੰਦੇ ਨੂੰ ਇਹ ਹੁੰਦਾ ਕਿ ਫਰਕ ਪੈਂਦਾ ਮੈਚਿਓਰਿਟੀ ਦਾ। ਦੂਜੀ ਗੱਲ, ਸਭ ਤੋਂ ਮੈਂ ਇੰਪੋਰਟੈਂਟ ਥਿੰਗ ਹੈ ਕਿ ਸਟੱਡੀ ਦੀ, ਸਟੱਡੀ ਯਾਰ ਜੇ ਤੁਸੀਂ ਹੁਣ ਗ੍ਰੈਜੂਏਸ਼ਨ ਮਤਲਬ BCOM ਕਰਕੇ ਆਏ ਇੰਡੀਆ 'ਚ, ਕਾਮਰਸ ਦੀ ਫੀਲਡ, ਤੁਹਾਨੂੰ ਪਤਾ ਆ ਕਿ ਬਾਈ ਮਾਰਕੀਟਿੰਗ ਚਾਹ ਹੁੰਦਾ, ਇਹਦੇ ਚਾਹ ਹੁੰਦਾ, ਤੁਹਾਨੂੰ ਇੱਥੇ ਆ ਕੇ ਸਟੱਡੀ ਔਖੀ ਨਹੀਂ ਲੱਗਣੀ। ਬਟ ਮੈਂ 12th ਤੱਕ ਤਾਂ ਬੇਸਿਕ 11th 12th ਵਿੱਚ ਮੈਂ ਪੜ੍ਹਿਆ ਕਾਮਰਸ ਥੋੜ੍ਹਾ ਬਹੁਤਾ, ਅਤੇ ਮੈਨੂੰ ਇੱਥੇ ਆ ਕੇ ਸਟੱਡੀ ਥੋੜ੍ਹੀ ਬਹੁਤੀ ਔਖੀ ਵੀ ਲੱਗਣੀ ਆ, ਕਿਉਂਕਿ ਮੇਰੇ ਲਈ ਸਾਰਾ ਕੁਛ ਨਵਾਂ ਵਾ। ਆਫਟਰਆਲ ਮੇਰੇ ਲਈ ਬਸ ਇਹ ਚੀਜ਼ ਦਾ ਫਰਕ ਆ, ਸੋ ਇੰਨਾ ਫਰਕ ਨਹੀਂ ਹੈਗਾ। ਸੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸਬਸਕ੍ਰਾਈਬ ਕਰ ਦਿਓ। ਮੈਨੂੰ ਜਾਂ ਸੇਜ ਗਾ ਵੀਡੀਓ 'ਚ ਕਿ ਦੱਸਾਂ ਕਿ ਬਾਈ ਗ੍ਰੈਜੂਏਸ਼ਨ ਤੋਂ ਬਾਅਦ ਆਉਂਦਾ ਤੁਹਾਨੂੰ ਇਹ ਬੈਨੀਫਿਟ ਆ, ਜੇ ਤੁਹਾਨੂੰ 12th ਬਾਅਦ ਆਉਂਦੇ ਆ ਤੁਹਾਡਾ ਇਹ ਬੈਨੀਫਿਟ ਆ। ਸੋ ਜਿਹੜੀ ਚੀਜ਼ ਤੁਹਾਨੂੰ ਸਹੀ ਲੱਗਦੀ ਤੁਸੀਂ